ਸਤਿ ਸ਼੍ਰੀ ਅਕਾਲ ਦਰਸ਼ਕੋ, ਤੰਦਰੁਸਤ ਜੀਵਨ ਦਾ ਆਧਾਰ ਯੋਗਾ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਯੋਗੀ ਗੁਰਪ੍ਰੀਤ ਸਿੰਘ ਜੀ ਸ਼ਾਮਿਲ ਇਸ ਪ੍ਰੋਗਰਾਮ ਦੇ ਵਿੱਚ। ਅਸੀਂ ਉਹਨਾਂ ਕੋਲੋਂ ਪੁੱਛਾਂਗੇ, ਜਿਵੇਂ ਕਿ ਅਸੀਂ ਪਿਛਲੀ ਵਾਰ ਤੁਹਾਨੂੰ ਦੱਸਿਆ ਸੀਗਾ ਵੀ ਮੋਟਾਪਾ ਯੋਗ ਨਾਲ ਠੀਕ ਹੋ ਸਕਦਾ ਜਾਂ ਨਹੀਂ, ਇਹਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਯੋਗੀ ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਜੀ, ਯੋਗਾ ਦੇ ਨਾਲ ਜਿਵੇਂ ਕਿ ਤੁਸੀਂ ਹਰੇਕ ਬਿਮਾਰੀ ਦਾ ਇਲਾਜ ਕਰ ਸਕਦੇ ਹਾਂ, ਇਹ ਸੰਭਵ ਹੈ ਕਿ ਮੋਟਾਪੇ ਦਾ ਵੀ ਇਲਾਜ ਹੋ ਸਕਦਾ ਇਸ ਦੇ ਨਾਲ? ਬਿਲਕੁਲ ਕਿਰਨ ਵਿਸ਼ੇਸ਼, ਤੁਸੀਂ ਬਿਲਕੁਲ ਠੀਕ ਕਿਹਾ। ਮੋਟਾਪਾ ਜਿਹੜਾ ਹੈਗਾ, ਦੇਖੋ ਜੀ, ਸਭ ਨਾਲੋਂ ਹੈਰਾਨੀ ਦੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਬਾਰੇ ਇਹ ਬਹੁਤ ਫੇਮਸ ਹੈ ਕਿ ਇੱਥੇ ਉਨੇ ਲੋਕ ਭੁੱਖ ਨਾਲ ਨਹੀਂ ਮਰਦੇ ਜਿੰਨੇ ਕਿ ਓਵਰ ਈਟਿੰਗ ਕਰਕੇ ਜਾਂ ਜ਼ਿਆਦਾ ਖਾਣ ਨਾਲ ਜਿੰਨੀਆਂ ਬਿਮਾਰੀਆਂ ਅਤੇ ਜਿੰਨੀਆਂ ਡੈਥਸ ਹੋ ਰਹੀਆਂ ਜੀ। ਤਾਂ ਮੋਟਾਪਾ ਜਿਹੜਾ ਹੈਗਾ, ਬਿਲਕੁਲ ਸਾਡੇ ਹੱਥ 'ਚ ਇਹਨੂੰ ਕੰਟਰੋਲ ਕਰਨਾ। ਸਭ ਨਾਲ ਪਹਿਲਾਂ ਜਿਵੇਂ ਪਹਿਲਾਂ ਵੀ ਦੱਸਿਆ ਗਿਆ ਕਿ ਈਟਿੰਗ ਹੈਬਿਟ ਆਪਾਂ ਕੰਟਰੋਲ ਕਰ ਲਈਏ, ਈਟਿੰਗ ਹੈਬਿਟ ਕੰਟਰੋਲ ਕਰਨ ਤੋਂ ਬਾਅਦ ਫਿਰ ਖਾਣ ਦਾ ਟਾਈਮਿੰਗ ਜਿਹੜਾ ਹੈਗਾ ਉਹਨੂੰ ਫਿਕਸ ਕਰ ਲਈਏ, ਅਤੇ ਖਾਣਾ ਖਾਂਦੇ ਹੋਏ ਆਪਣਾ ਧਿਆਨ ਜਿਹੜਾ ਹੈਗਾ, ਜਿਵੇਂ ਮੈਂ ਮੈਕਸੀਮਮ ਮੈਂ ਦੇਖਦਾ ਕਿ ਲੋਕ ਨਿਊਜ਼ ਪੇਪਰ ਪੜ੍ਹਦੇ ਹੋਏ, ਟੀ ਵੀ ਦੇਖਦੇ ਹੋਏ ਜਾਂ ਕਿਸੇ ਨਾਲ ਗੱਲਾਂ ਕਰਦੇ ਹੋਏ ਖਾਣਾ ਖਾਂਦੇ ਨੇ, ਜਿਹੜਾ ਕਿ ਬਿਲਕੁਲ ਗਲਤ ਹੈ। ਜਦੋਂ ਵੀ ਅਸੀਂ ਖਾਣਾ ਖਾਈਏ ਤਾਂ ਖਾਣੇ ਨੂੰ ਇੰਜੋਏ ਕਰਦੇ ਹੋਏ ਖਾਈਏ, ਪਰਮਾਤਮਾ ਦਾ ਨਾਮ ਲੈਂਦੇ ਹੋਏ ਖਾਈਏ, ਅਤੇ ਹਰ ਇੱਕ ਬੁਰਕੀ ਨੂੰ ਚੰਗੀ ਤਰ੍ਹਾਂ ਚਿਊ ਕਰਕੇ ਚਬਾ ਕੇ ਖਾਈਏ ਤਾਂ ਉਹਦੇ ਨਾਲ ਮੋਟਾਪਾ ਸਾਡਾ ਆਪਣੇ ਆਪ ਹੀ ਕੰਟਰੋਲ ਹੋਣਾ ਸ਼ੁਰੂ ਹੋ ਜਾਏਗਾ। ਦੂਸਰੀ ਮੇਨ ਇੱਕ ਆਦਤ ਜਿਹੜੀ ਹੈਗੀ ਹੈ, ਖਾਣੇ ਦੇ ਨਾਲ ਜਾਂ ਖਾਣੇ ਤੋਂ ਬਾਅਦ 'ਚ ਜਾਂ ਪਹਿਲਾਂ ਪਾਣੀ ਪੀਣਾ। ਖਾਣੇ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਅਤੇ ਜੇ ਅੱਧਾ ਪੌਣਾ ਘੰਟਾ ਬਾਅਦ ਤੱਕ ਅਸੀਂ ਪਾਣੀ ਨਾ ਪੀਏ ਤਾਂ ਉਹਦੇ ਨਾਲ ਵੀ ਸਾਡਾ ਮੋਟਾਪਾ ਕਾਫੀ ਜ਼ਿਆਦਾ ਕੰਟਰੋਲ 'ਚ ਰਹਿੰਦਾ। ਅਤੇ ਫਿਰ ਜੇ ਆਪਾਂ ਆਸਣਾਂ ਦੀ ਗੱਲ ਕਰੀਏ, ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਸਕਿਆ, ਸੂਰਿਆ ਨਮਸਕਾਰ ਨਾਲ ਮੋਟਾਪਾ ਬਹੁਤ ਅਸੀਂ ਅੱਛੇ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ। ਸੂਰਿਆ ਨਮਸਕਾਰ ਦੇ ਜਿਹੜੇ ਤੁਸੀਂ ਕਰਨੇ ਹੈ ਟਾਈਮ ਕਾਊਂਟਸ, ਉਹਨਾਂ ਨੂੰ ਵਧਾ ਦਿਓ ਇੱਕ ਵਾਰੀ, ਜਿਵੇਂ ਇੱਕ ਸੈੱਟ ਕੀਤਾ ਉਹਦੀ ਬਜਾਏ ਤੁਸੀਂ 3 ਸੈੱਟ, 5 ਸੈੱਟ, 10 ਸੈੱਟ, 15 ਸੈੱਟ ਤੱਕ ਸੂਰਿਆ ਨਮਸਕਾਰ ਨੂੰ ਲੈ ਜਾਓ। ਪ੍ਰਾਣਾਯਾਮ ਦਾ ਟਾਈਮ ਵਧਾ ਦਿਓ। ਕਪਾਲਭਾਤੀ ਪ੍ਰਾਣਾਯਾਮ ਇੱਕ ਐਸਾ ਪ੍ਰਾਣਾਯਾਮ ਹੈ ਜਿਹਦੇ ਨਾਲ ਕਿ ਇੱਕ ਸਟ੍ਰੋਕ ਦੇ ਨਾਲ ਹੀ ਅਸੀਂ ਤਕਰੀਬਨ 1 ਗ੍ਰਾਮ ਤੱਕ ਵੇਟ ਜਿਹੜਾ ਹੈਗਾ ਆਪਣਾ ਉਡਾ ਸਕਦੇ ਹਾਂ। ਅਤੇ ਉਸ ਤੋਂ ਇਲਾਵਾ ਮੋਟਾਪਾ ਕੰਟਰੋਲ ਕਰਨ ਦੇ ਲਈ, ਮੋਟਾਪੇ ਨੂੰ ਖਤਮ ਕਰਨ ਦੇ ਲਈ ਪਿੱਠ ਦੇ ਭਾਰ ਲੇਟ ਕੇ ਕਰਨ ਵਾਲੇ ਕੁਝ ਆਸਣ ਨੇ, ਅੱਜ ਮੈਂ ਤੁਹਾਨੂੰ ਨਾਲ ਉਹਨਾਂ 'ਤੇ ਵੀ ਜ਼ਰੂਰ ਤੁਹਾਡਾ ਚਾਨਣਾ ਪਾਊਂਗਾ। ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਿੱਠ ਦੇ ਭਾਰ 'ਤੇ ਲੇਟ ਜਾਣਾ। ਲਵਿਤ ਕੁਮਾਰ ਜੀ ਇੱਕ ਵਾਰੀ ਫਿਰ ਤੁਹਾਨੂੰ ਅੱਜ ਦੱਸਣਗੇ ਕਿ ਕਿਵੇਂ ਆਪਾਂ ਮੋਟਾਪੇ ਦੇ ਜਿਹੜੇ ਆਸਣ ਨੇ ਉਹ ਕਿਵੇਂ ਕਰ ਸਕਦੇ ਹਾਂ। ਤਾਂ ਉਹਦੇ ਲਈ ਸਭ ਤੋਂ ਪਹਿਲਾਂ ਪਿੱਠ ਦੇ ਭਾਰ ਆਪਾਂ ਲੇਟ ਗਏ, ਲੇਟਣ ਤੋਂ ਬਾਅਦ ਪਾਦ ਬ੍ਰਿਤ ਆਸਣ ਜਿਹਨੂੰ ਆਪਾਂ ਕਹਿੰਦੇ ਹਾਂ, ਦੋਨਾਂ ਪੈਰਾਂ ਨੂੰ ਆਪਾਂ ਲੱਤ ਨੂੰ ਸਿੱਧਾ ਰੱਖ ਕੇ ਕਿਵੇਂ ਸਰਕਲ 'ਚ ਘੁਮਾਉਣਾ। ਤਾਂ ਸਭ ਤੋਂ ਪਹਿਲਾਂ ਆਪਾਂ ਰਾਈਟ ਲੈਗ ਨੂੰ ਉੱਪਰ ਚੱਕਾਂਗੇ, ਪੰਜਾ ਪੂਰਾ ਸਟ੍ਰੈਚ ਕੀਤਾ ਹੋਇਆ, ਜਿੰਨਾ ਵੱਡਾ ਜ਼ੀਰੋ ਆਪਾਂ ਬਣਾ ਸਕਦੇ ਹਾਂ ਪੈਰ ਦਾ, ਉਨਾ ਵੱਡਾ ਜ਼ੀਰੋ ਬਣਾਉਣ ਦੀ ਕੋਸ਼ਿਸ਼, ਜਿੰਨਾ ਵੱਡਾ ਜ਼ੀਰੋ, ਅਤੇ ਜਿੰਨਾ ਇਹ ਸਲੋ ਬਣੇਗਾ ਉਨਾ ਹੀ ਲਾਭ ਇਹਦਾ ਜ਼ਿਆਦਾ ਹੋਏਗਾ। ਸਟਾਰਟ ਆਪਾਂ ਕਰਾਂਗੇ 3 ਸਰਕਲਸ ਤੋਂ, 3 ਸਰਕਲ ਇੱਕ ਵਾਲੇ ਪਾਸੇ, ਫਿਰ 3 ਸਰਕਲ ਇਹਦੇ ਓਪੋਜ਼ਿਟ ਡਾਇਰੈਕਸ਼ਨ 'ਚ, 3 ਸਰਕਲ ਦੂਜੀ ਡਾਇਰੈਕਸ਼ਨ 'ਚ ਆਪਾਂ ਕਰਦੇ ਹਾਂ। ਅਤੇ ਫਿਰ ਇਹ ਸਰਕਲਾਂ ਦੀ ਡੋਰੇਸ਼ਨ ਆਪਾਂ ਵਧਾ ਸਕਦੇ ਹਾਂ, 3 ਤੋਂ 5 ਤੇ ਲੈ ਜਾਓ, 5 ਤੋਂ 10 ਤੇ ਲੈ ਜਾਓ, 15 ਤੇ ਲੈ ਜਾਓ, 20 ਤੇ ਲੈ ਜਾਓ, ਹੌਲੀ ਹੌਲੀ ਬਾਡੀ ਦਾ ਸਟੈਮਿਨਾ ਵਧਾਉਂਦੇ ਹੋ। ਪਹਿਲਾਂ ਰਾਈਟ ਲੈਗ ਨਾਲ ਆਪਾਂ 3-3 ਸਰਕਲ ਕੀਤੇ, ਫਿਰ ਇਸ ਤਰ੍ਹਾਂ ਆਪਾਂ ਲੈਫਟ ਲੈਗ ਨਾਲ 3-3 ਸਰਕਲ ਆਪਾਂ ਇਹਦੇ ਕਰ ਸਕਦੇ ਹਾਂ। ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਸੂਰਿਆ ਨਮਸਕਾਰ ਜਿੰਨੀ ਵੱਧ ਵਾਰੀ ਆਪਾਂ ਕਰ ਸਕਦੇ ਹਾਂ, ਕਪਾਲਭਾਤੀ ਪ੍ਰਾਣਾਯਾਮ, ਈਟਿੰਗ ਹੈਬਿਟ ਦੇ ਕੰਟਰੋਲ ਕਰਨਾ, ਅਤੇ ਉਸ ਤੋਂ ਬਾਅਦ ਤੁਹਾਡਾ ਪਾਦ ਬ੍ਰਿਤ ਆਸਣ ਜਿਹੜਾ ਹੈਗਾ, ਇਸ ਤਰ੍ਹਾਂ ਹੀ ਲੈਫਟ ਲੈਗ ਨਾਲ 3 ਸਰਕਲ ਪਹਿਲਾਂ ਪੂਰੇ ਰਾਊਂਡ ਦੇ ਉੱਤੇ, ਫਿਰ ਉਸ ਤਰ੍ਹਾਂ ਹੀ ਦੂਜੇ ਪਾਸੇ ਓਪੋਜ਼ਿਟ ਸਰਕਲ ਘੁੰਮਾਉਂਦੇ ਹੋਏ 3-3 ਸਰਕਲ ਦੋਨਾਂ ਦੇ ਕਰਨ ਤੋਂ ਬਾਅਦ ਮਿਨੀਮਮ ਦੱਸ ਰਹੇ ਕਿ ਮਿਨੀਮਮ ਆਪਾਂ ਇੰਨਾ ਕਰੀਏ, ਮੈਕਸੀਮਮ ਜਿੰਨਾ ਕਰੋਗੇ ਉਨਾ ਹੀ ਲਾਭ ਜ਼ਿਆਦਾ ਹੋਏਗਾ। ਫਿਰ ਦੋਨੋਂ ਪੈਰ ਇਕੱਠੇ, 3 ਸਰਕਲ ਇੱਕ ਪਾਸੇ, 3 ਸਰਕਲ ਦੂਜੇ ਪਾਸੇ ਕਰਨ ਤੋਂ ਬਾਅਦ ਫਿਰ ਆਪਾਂ ਦੋਨੋਂ ਪੈਰਾਂ ਇਕੱਠੇ ਕਰਕੇ ਲੱਤਾਂ ਸਟ੍ਰੈਚ ਕੀਤੀ ਹੋਈਆਂ, ਪੂਰਾ ਸਰਕਲ ਘੁਮਾਓ, ਪਹਿਲਾਂ ਰਾਈਟ ਟੂ ਲੈਫਟ ਲੈ ਲਓ, ਫਿਰ ਲੈਫਟ ਟੂ ਰਾਈਟ ਲੈ ਲਓ, ਪੂਰਾ ਸਰਕਲ। ਸਾਹਾਂ 'ਤੇ ਕੋਈ ਕੰਟਰੋਲ ਨਹੀਂ, ਜਿੰਨੇ ਲੰਬਾ ਗਹਿਰਾ ਤੁਸੀਂ ਸਾਹ ਲੈ ਸਕਦੇ ਹੋ ਲਓ, ਜਿੰਨਾ ਲੰਬਾ ਗਹਿਰਾ ਸਾਹ ਤੁਸੀਂ ਛੱਡ ਸਕਦੇ ਉਹਨੂੰ ਛੱਡੋ। ਮੁਸਕਰਾਉਂਦੇ ਹੋਏ, ਚਿਹਰੇ 'ਤੇ ਹਲਕੀ ਜਿਹੀ ਮੁਸਕਰਾਹਟ, ਜਿੰਨਾ ਲੰਬਾ ਪੈਰਾਂ ਨੂੰ ਘੁਮਾ ਸਕਦੇ ਹੋ ਘੁਮਾਉਣ ਦੀ ਕੋਸ਼ਿਸ਼, 3 ਵਾਰੀ ਇੱਕ ਪਾਸੇ ਕਰਨ ਤੋਂ ਬਾਅਦ ਇੱਦਾਂ ਹੀ 3 ਵਾਰੀ ਦੂਜੇ ਪਾਸੇ, ਦੋਨਾਂ ਪੈਰਾਂ ਨੂੰ ਜੋੜ ਕੇ ਰੱਖਣਾ ਹੈ, ਪੰਜੇ ਖਿੱਚੇ ਹੋਏ। ਇਹ ਕਰਨ ਤੋਂ ਬਾਅਦ ਫਿਰ ਦਿੱਤੇ ਚੱਕਰੀਕਾ ਆਸਣ, ਜਿਹਨੂੰ ਕਿ ਆਪਾਂ ਲੇਮੈਨ ਲੈਂਗੁਏਜ ਦੇ ਵਿੱਚ ਸਾਈਕਲਿੰਗ ਵੀ ਕਹਿ ਸਕਦੇ ਹਾਂ, ਅਤੇ ਸਾਈਕਲਿੰਗ ਵੀ ਜਿਹੜੀ ਹੈਗੀ ਇਹਦੇ 'ਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ। ਦੋਨਾਂ ਪੈਰਾਂ ਨੂੰ ਸਾਈਮਲਟੇਨਸਲੀ, ਜਿਵੇਂ ਆਪਾਂ ਸਾਈਕਲ ਚਲਾਉਂਦੇ ਹਾਂ, ਸਾਈਕਲ ਨੂੰ ਚਲਾਇਆ। ਵੈਸੇ ਵੀ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਪੈਟਰੋਲ ਦੇ ਦਾਮ ਕਿੱਥੇ ਜਾ ਰਹੇ ਨੇ, ਅਤੇ ਪੈਟਰੋਲ ਡੀਜ਼ਲ ਦੀ ਗੱਡੀ ਨਾਲ ਕਿੰਨਾ ਜ਼ਿਆਦਾ ਪੋਲਿਊਸ਼ਨ ਫੈਲ ਰਿਹਾ, ਅਤੇ ਇਹੀ ਸਾਈਕਲਿੰਗ ਜਿਹੜੀ ਆਪਾਂ ਯੋਗਾ ਆਸਣ 'ਚ ਕਰਨ ਦੀ ਬਜਾਏ ਡੇਲੀ ਰੂਟੀਨ 'ਚ ਸਾਈਕਲਿੰਗ ਕਰੀਏ ਤਾਂ ਇਹਦੇ ਨਾਲ ਵੀ ਸਾਡਾ ਬਹੁਤ ਜ਼ਿਆਦਾ ਮੋਟਾਪਾ ਘੱਟ ਸਕਦਾ, ਮੋਟਾਪੇ 'ਤੇ ਬਹੁਤ ਜ਼ਿਆਦਾ ਆਪਾਂ ਕੰਟਰੋਲ ਪਾ ਸਕਦੇ ਹਾਂ। ਤਾਂ ਜਿਵੇਂ ਸਾਰੇ ਪ੍ਰਾਣਾਯਾਮ ਤੁਸੀਂ 5 ਤੇ 5 ਕਰ ਲਏ, ਸੂਰਿਆ ਨਮਸਕਾਰ ਕਰ ਲਿਆ, ਅਤੇ ਇਹ
दो जड़े आसन ने बहुत ही इंपॉर्टेंट ने मोटापे को कंट्रोल करने के लिए। पहला एक पासे साइकिलिंग, फिर इदा ही साइकिलिंग ओपोजिट डायरेक्शन करनी है। आपां ओपोजिट डायरेक्शन करन तो बाद फिर आपां दोनों पैरों ना कट्ठिया साइकिल नूं घुमाना, दोनों पैर कट्ठे करके पूरा जिन्ना लंबा गहरा लै सकदे हो पूरा उपर भी लत्तां नूं चक्किया, अगे भी लैके आया, थले तक भी लंबा ते गहरा लैके गया, फिर उपर इस तरह ही ओपोजिट डायरेक्शन दे विच विपरीत दिशा विच पैरों नूं घुमा लिया। स्टार्ट तीन तीन वारी तीन तीन सर्कलों तो करते हुए जिन्ने सर्कल वधा दोगे, जिन्ना टाइम वधा दोगे, उन्ना ही जल्दी तुहाडा मोटापा जिहड़ा हैगा उह कंट्रोल हो जाएगा। तो मोटापा कंट्रोल होने के नाल शरीर च अणगिनत रोग जिहड़े ने उह मोटापे करके ही कई बार कई तरह दीआं प्रॉब्लम्स आ जांदीआं ने, तो सारे जिहड़े अणगिनत रोग सानूं होए सीगे उह मोटापा खत्म हुंदे ही हो जाणगे। दर्शको, जिवें कि योगी गुरप्रीत सिंह जी ने दस्सिया भी इह दो चार आसन करन दे नाल ही मोटापा दूर हो सकदा है। हवा विच साइकिल चलाना या अपने जीवन दे विच साइकिल नूं असी यूज़ करिए तो मोटापा दूर कर सकते हैं। ये बहुत अच्छी गल की है, नाले पोल्यूशन दूर होएगा तो नाले साडी सेहत तंदुरुस्त होएगी। तो इस तरह ही असी अपने अगले एपीसोड दे विच योगी गुरप्रीत सिंह जी तो पुछांगे भी वह कि आसन ने जिन्हां नूं करन दे नाल माइग्रेन दूर हो सकता है। हुण मैनूं दिओ इजाजत तुहाडे अपने प्रोग्राम तंदुरुस्ती दा आधार योगा विचों, ते सत श्री अकाल।